हाँ जी सत श्रीकाल जी, सारयां नूं स्वागत है नवें व्लॉग दे विच। होप कि तुसीं सब वधिया होवोगे। व्लॉग दी स्टार्टिंग सवेरे सवेरे अपने सैटअप दे विच जमा तैयार हो के आपां ते चले आं कम ते। ठीक है, अज हफ्ते हफ्ते 10 दिन बाद चलां मेरे हिसाब नाल, ते अज वधिया टाइम पास होगा। अगे ते सारी दिहाड़ी घरी कढ़ी दी है जां व्लॉग शूट करीदा। व्लॉग अज वी शूट करांगे, बट जिहड़ा अपने मॉडलां दे कम है जां जिहड़ा वी इंप्लीमेंट ते अज मेन कम करना जिहड़ा वी आपां वो फिर अज आगे रात नूं करांगे। ठीक है, रात नूं टाइम कढ़ा आए, कोई चक्कर नहीं, आपां लेट ही सोना हुंदा, आराम नाल कम करांगे, कोई परवाह नहीं। चलो फिलहाल आपां चलदे आं, हुण लेट होंदे आ, 7:40 इत्थे ही हो गया, 8 बजे तक पहुंचना है, 10 मिनट गड्डी स्टार्ट रखांगे, टाइम लग जाणा, छेती छेती चलदे आपां। बड़े दिन हो गए इन्नी टाइम नाल कदे उठे ही नहीं, वेख लो 8 वजण वाले आ, हजे तक नहीं रही है। हुण फिर वो कम शुरू, नेरे नेरे कम ते जावा करांगे। ठीक है, ਨੇਰੇ ਨੇਰੇ ਵਾਪਸ ਆਵਾਂ ਕਰਾਂਗੇ। ਸਟਾਰਟ ਕਰਤੀ ਆਪਾਂ, ਘਰੇ ਚੱਲ ਰਹੀ ਗੱਲ, ਤੇ ਟੈਂਪਰੇਚਰ ਬਾਰ ਚੈੱਕ ਕਰੋ, -4 ਅੱਜ। ਚਲੋ 5 ਮਿੰਟ ਖਿਲਾਰਦੇ ਆ ਸਟਾਰਟ। ਵੈਸੇ ਤਾਂ ਗਰਮ ਹੋ ਗਈ ਆਲਮੋਸਟ, 1000 ਕ ਤੇ ਆ ਗਈ, ਬਟ 2 ਮਿੰਟ ਹੋਰ ਰੱਖ ਦਿਓ ਜੀ। ਕੱਦ ਕੀ ਰਹੇ ਹੋ? ਲੋ ਵੀ ਜਿਵੇਂ ਕਿ ਤੁਹਾਨੂੰ ਕਿਹਾ ਸੀਗਾ, ਅੱਜ ਤੋਂ ਉਹੀ ਸੇਮ ਰੂਟੀਨ, ਹਨੇਰੇ ਪਏ ਆਵਾਂਗੇ ਤੇ ਹਨੇਰੇ ਪਈ ਜਾਵਾਂਗੇ। ਉਹ ਸਾਹਮਣੇ ਧੂੰਆਂ ਧੂੰਆਂ ਪਤਾ ਨਹੀਂ ਕਿਵੇਂ ਹੋਇਆ ਪਿਆ, ਕਿਤੇ ਆਗੂ ਕਿਤੇ ਨਹੀਂ ਲੱਗ ਗਈ ਕਿ ਬੱਦਲ ਨੇ, ਪਤਾ ਨਹੀਂ, ਸਮੇਂ ਤੋਂ ਬਾਹਰ ਹੈ ਕੰਮ। ਚਲੋ ਹੁਣ ਵੀ ਜਾਣਾ ਲੱਗ ਜੂ, ਪਤਾ ਪਹਿਲਾਂ ਤਾਂ ਇਹਨੂੰ ਸਾਫ਼ ਕਰਨਾ ਪੈਣਾ, ਅੱਜ ਸਨੋਹ ਪੈਂਦੀ ਰਹੀ ਹੈ, ਹੁਣ ਇਹਦੇ ਤਾਂ 10 ਮਿੰਟ ਲੱਗਣਗੇ। ਚਲੋ ਨਾਲੇ ਸਟਾਰਟ ਖਿਲਾਰ ਦਿੰਦੇ, ਥੋੜ੍ਹੀ ਗਰਮ ਹੋਜੂ, ਸਾਰੀ ਭਰੀ ਪਈ ਹੈ, ਸਾਰੀ ਅੰਦਰ ਡਿੱਗ ਪੈਣੀ, ਐਵੇਂ ਖੋਲਤਾ ਜੀ, ਆਈ ਹੋਏ ਹੱਥ ਠਰ ਗਿਆ, ਜਿਹੜੀ ਗੱਲ ਦਾ ਡਰ ਸੀ ਉਹੀ ਹੋ ਗਿਆ, ਐਵੇਂ ਝੜ ਗਈ ਝੜ ਗਈ, ਨਹੀਂ ਤਾਂ ਸੀਟ ਗਿੱਲੀ ਕਰੂ ਹੁਣ, ਇਹ ਕਰੂਗੀ ਹੁਣ। ਚਲੋ ਦੇਖੀ ਜਾਊਗੀ ਬਈ ਕੀ ਕਰ ਸਕਦੇ ਹਾਂ। ਲਓ ਵੀ ਪਹੁੰਚ ਗਏ ਆਪਾਂ ਘਰੇ, ਚੱਲ ਕੇ ਰੋਟੀਆਂ ਪਕਾਈਏ ਹੁਣ। ਉਹ ਵੀ ਰੋਟੀ ਲੈ ਕੇ ਸਿੱਧਾ ਸੈਟਅਪ ਦੇ ਵਿੱਚ, ਇੱਥੇ ਬਹਿ ਕੇ ਹੀ ਖਾਵਾਂਗੇ। ਉਹ ਜਿਹਾ ਪਾਸੇ ਇਹਨਾਂ ਦਾ ਆਟੋਮੈਟਿਕ ਕੁਰਸੀ ਲਿਆਉਣੀ ਪੈਣੀ ਹੈ, ਵੀ ਆਪੇ ਪਾਸੇ ਹੋ ਜਾਏਗਾ। ਚਲੋ ਵੀ ਹੁਣ ਲੱਗਣਗੇ 10-15 ਮਿੰਟ ਤੋਂ ਜ਼ਿਆਦਾ ਹੀ। ਠੀਕ ਹੈ, ਆਰਾਮ ਨਾਲ ਹੌਲੀ ਹੌਲੀ ਰੋਟੀ ਖਾਵਾਂਗੇ, ਅਤੇ ਨਾਲ ਕੋਈ ਨਾ ਕੋਈ ਆਪਾਂ ਵਲੌਗ ਦੇਖਦੇ ਹਾਂ, ਜਾਂ ਭਾਜੀ ਦਾ ਜਾਂ ਕੋਈ ਵੀ ਜਿਹੜਾ ਸੂਤ ਆ ਗਿਆ, ਇਹਦਾ ਤਾਰਕ ਮਹਿਤਾ ਤਾਂ ਫਿਰ ਹੈਗਾ ਹੀ। ਲੋ ਵੀ ਅਗੇਨ ਐਂਡ ਅਗੇਨ ਆਪਾਂ ਫਿਰ ਆ ਗਏ ਹਾਂ ਵਾਪਸ। ਠੀਕ ਆ, ਅਤੇ ਇੱਧਰ ਭਾਜੀ ਦਾ ਵਲੌਗ ਸ਼ੁਰੂ ਹੋ ਚੁੱਕਿਆ, ਅਤੇ ਨਾਲ ਦੀ ਨਾਲ ਵਲੌਗ ਦੇਖਾਂਗੇ, ਅਤੇ ਨਾਲ ਆਪਾਂ ਕਰਾਂਗੇ ਆਪਣੇ ਇੰਪਲੀਮੈਂਟ ਦੇ ਕੰਮ ਸ਼ੁਰੂ। ਇੰਪਲੀਮੈਂਟ ਕੀ ਹੈ? ਵੈਸੇ ਤਾਂ ਬਥੇਰਿਆਂ ਨੇ ਕਮੈਂਟ ਕਰਤੇ ਵੀ ਆਪਾਂ ਟਰਾਲੀ ਬਣਾਈਏ। ਠੀਕ ਆ, ਪਿਛਲੇ ਵਲੌਗ 'ਚ ਕਮੈਂਟ ਆਇਆ ਸੀਗਾ, ਸ਼ਾਇਦ ਪਿਛਲੇ ਤੋਂ ਪਿਛਲੇ 'ਚ, ਵੀ ਟਰਾਲੀ ਬਣਾਓ। ਫਿਰ ਮੈਨੂੰ ਆਈਡੀਆ ਆਇਆ ਵੀ ਚਲੋ ਟਰਾਲੀ ਬਣਾਉਂਦੇ ਹਾਂ, ਅਤੇ ਅੱਜ ਵਾਲੇ ਵਲੌਗ, ਮਤਲਬ ਕਿ ਜਿਹੜਾ ਅੱਜ ਅਪਲੋਡ ਕੀਤਾ ਹੈ, ਉਹਦੇ 'ਤੇ ਕਮੈਂਟ ਆਇਆ ਵੀ ਟਰਾਲੀ ਬਣਾਓ, ਆਪਾਂ ਟਰਾਲੀ ਹੀ ਬਣਾਵਾਂਗੇ। ਠੀਕ ਆ, ਅਤੇ ਪਹਿਲਾਂ ਤਾਂ ਮੈਂ ਸੰਦ ਸੱਪਾ ਲੱਭਦਾ ਸਾਰਾ, ਠੀਕ ਆ, ਬਣਾਉਣੀ ਕਾਹਦੇ ਨਾਲ, ਅਤੇ ਫਿਰ ਆਪਾਂ ਕੰਮ ਸਟਾਰਟ ਕਰਦੇ। ਪਹਿਲਾਂ ਮੈਂ ਪੂਰਾ ਸਮਾਨ ਟੋਟਲ ਲੱਭਾਂ ਵਾ, ਠੀਕ ਹੈ, ਜਿਹੜਾ ਜਿਹੜਾ ਆਪਾਂ ਨੂੰ ਚਾਹੀਦਾ, ਅਤੇ ਫਿਰ ਕੰਮ ਸਟਾਰਟ ਕਰਾਂਗੇ ਆਪਾਂ। ਚਲੋ ਮਰਦਾ ਹਿੰਮਤ ਮੈਂ, ਵੈਸੇ ਹਜੇ ਇਹਨੂੰ ਵੀ ਅਸੈਂਬਲ ਨਹੀਂ ਕੀਤਾ, ਉਵੇਂ ਹੀ ਤਾਰ ਰੱਖਿਆ, ਇਹਨੂੰ ਵੀ ਅਸੈਂਬਲ ਕਰਨਾ ਅੱਜ, ਟਰਾਈ ਕਰਦੇ ਹਾਂ ਟਰਾਲੀ 'ਤੇ ਜਿੰਨਾ ਕੰਮ ਹੋ ਗਿਆ ਠੀਕ ਹੈ, ਅਤੇ ਉਦੋਂ ਬਾਅਦ ਫਿਰ ਇਹਨੂੰ ਅਸੈਂਬਲ ਕਰ ਦਾਂਗੇ। ਫਿਰ ਪਾਉਣੀ ਵੀ ਤਾਂ ਇਹਦੇ ਪਿੱਛੇ ਹੀ ਆ, ਜਾਂ ਫਿਰ ਆਪਾਂ ਪਿੱਕੇ ਪਿੱਛੇ ਪਾ ਸਕਦੇ ਹਾਂ ਟਰਾਲੀ ਆਪਣੀ, ਚਲੋ ਦੇਖਦੇ ਹਾਂ। ਮੈਂ ਪਹਿਲਾਂ ਸਮਾਨ ਲੱਭਣਾ ਸਾਰਾ। ਲੋ ਵੀ ਮੇਨ ਮੇਨ ਸਮਾਨ ਆਪਣੇ ਕੋਲ ਪਹੁੰਚ ਚੁੱਕਿਆ, ਠੀਕ ਆ, ਇੱਕ ਮੇਨ ਸਮਾਨ ਨਹੀਂ ਲੱਭ ਰਿਹਾ, ਫੈਵਿਕ ਵਾਲੀ ਡੱਬੀ ਨਹੀਂ ਲੱਭ ਰਹੀ, ਵੀ ਮੈਂ ਕਿੱਥੇ ਰੱਖਤੀ, ਮੈਨੂੰ ਸਮਝ ਨਹੀਂ ਆ ਰਹੀ ਵੀ ਗਈ ਤੇ ਗਈ ਕਿੱਥੇ। ਚਲੋ ਕੋਈ ਨਹੀਂ, ਵੈਸੇ ਅੱਜ ਫੈਵਿਕ ਦੀ ਲੋੜ ਨਹੀਂ ਪਊਗੀ, ਮੇ ਬੀ, ਬਾਕੀ ਕਰਦੇ ਹਾਂ ਕੰਮ ਸ਼ੁਰੂ, ਜੇ ਲੋੜ ਪਈ ਤਾਂ ਦੇਖੀ ਜਾਊਗੀ। ਪਹਿਲਾਂ ਤਾਂ ਆਪਾਂ ਨੂੰ ਆਹ ਚਾਹੀਦਾ, ਠੀਕ ਆ, ਆਪਣੀ ਟਰਾਲੀ ਦਾ ਬੇਸ। ਪਹਿਲਾਂ ਮੈਂ ਇਹਨੂੰ ਬੇਸ ਰੱਖਣ ਲੱਗਾ ਸੀਗਾ, ਇਹ ਨਾ ਥੋੜ੍ਹੀ ਜਿਹੀ ਜ਼ਿਆਦਾ ਵੱਡੀ ਬਣ ਜਾਣੀ ਸੀ ਟਰਾਲੀ, ਫਿਰ ਮੈਂ ਆਹ ਸਿਲੈਕਟ ਕੀਤਾ, ਮੈਂ ਵੀ ਆਹ ਚੱਲੂਗਾ ਸਹੀ ਹੈ, ਅਤੇ ਦੋਵੇਂ ਕਾਹਤੋਂ ਰੱਖੇ ਹੋਏ ਆ ਉਹ ਤੁਹਾਨੂੰ ਅੱਗੇ ਪਤਾ ਲੱਗ ਜੂਗਾ। ਠੀਕ ਹੈ, ਦੂਜਾ ਚਾਹੀਦਾ ਆਪਾਂ ਨੂੰ ਆਵਲਾ ਖਾਲੀ ਪੀਪਾ, ਇਹ ਆਪਣੇ ਕੱਪੜੇ ਧੋਣ ਵਾਲਾ ਸ਼ੈਂਪੂ ਹੁੰਦਾ ਇਹਦੇ 'ਚ, ਠੀਕ ਆ, ਅਤੇ ਇਹਦਾ ਕੀ ਯੂਜ਼ ਹੈ ਇਹ ਵੀ ਤੁਹਾਨੂੰ ਅੱਗੇ ਹੀ ਪਤਾ ਲੱਗੂਗਾ। ਅਤੇ ਤੀਜੀ ਮੇਨ ਚੀਜ਼ ਜਿਹੜੀ ਜੇ ਆਪਾਂ ਨੂੰ ਚਾਹੀਦੀ ਹੈ ਉਹ ਹੈ, ਰੁਕ ਜਾਓ, ਇੱਥੇ ਪਈ ਹੋਊਗੀ, ਉਹ ਹੈ ਇਹ, ਇਹਦੇ ਬਿਨਾਂ ਤਾਂ ਸਰਨਾ ਹੀ ਨਹੀਂ। ਵੈਸੇ ਆਪਣੇ ਕੋਲ ਟਾਇਰ ਡਬਲ ਪਏ ਨੇ, ਜੇ ਡਬਲ ਟਾਇਰ ਟਰਾਲਾ ਬਣਾਉਣਾ ਹੋਵੇ ਤਾਂ ਉਹ ਵੀ ਬਣ ਸਕਦਾ, ਬਾਕੀ ਦੇਖਾਂਗੇ, ਕੋਈ ਨਹੀਂ, ਗਾਹ ਦੀ ਗਾਹ ਦੇਖਾਂਗੇ। ਹੁਣ ਮੌਕੇ 'ਤੇ ਜੋ ਕਰਨ ਲੱਗੇ ਨਾ ਉਹ ਕਰ ਲਈਏ ਪਹਿਲਾਂ ਆਪਾਂ। ਲਓ ਵੀ ਟਾਇਰ ਵੀ ਪਹੁੰਚ ਗਏ, ਅਤੇ ਟਾਇਰਾਂ ਦੇ ਵਿੱਚ
ਆ ਵੀ ਇੱਕ ਬੈਨੀਫਿਟ ਹੈਗਾ ਮੈਂ ਸੋਚਣ ਦਿਆ ਸੀਗਾ ਠੀਕ ਹੈ ਵੀ ਇਹ ਵਿੱਚ ਮੂਵ ਕਿੱਦਾਂ ਕਰੂਗਾ ਕਿਉਂਕਿ ਮੈਂ ਜਗਾੜ ਸੋਚ ਤੇ ਲਿਆ ਸੀ ਵੀ ਇੱਦਾਂ ਲਾਉਣਾ ਹੈ ਬਟ ਉਹਦੇ ਨਾਲ ਸਮੂਥਲੀ ਮੂਵ ਨਹੀਂ ਸੀ ਕਰਨਾ ਆਪਣੇ ਐਕਸਲ ਨੇ ਚਲੋ ਸ਼ੁਕਰ ਹੈ ਆਹ ਚੀਜ਼ ਵਿੱਚ ਹੈਗੀ ਹੈ ਥੋੜ੍ਹਾ ਕੰਮ ਹੋਰ ਈਜ਼ੀ ਹੋ ਗਿਆ ਚਲੋ ਵੀ ਇਹ ਵੀ ਕੰਮ ਵਧੀਆ ਅਤੇ ਮੈਨੂੰ ਲੱਗਦਾ ਟਾਇਰ ਨਾ ਥੋੜ੍ਹੇ ਜਿਹੇ ਹਜੇ ਹੋਰ ਅੰਦਰ ਹੋ ਜਾਣਗੇ ਟਾਇਟ ਕੀਤਾ ਨਹੀਂ ਹੋਇਆ ਐਕਸਲ ਅਤੇ ਆ ਟਰਾਲੀ ਦੇ ਬਰਾਬਰ ਹੀ ਹੋਣਗੇ ਆਲਮੋਸਟ ਬਾਕੀ ਚਲੋ ਦੇਖਦੇ ਹਾਂ ਕੋਈ ਚੱਕਰ ਨਹੀਂ ਪਹਿਲਾਂ ਤਾਂ ਮੈਂ ਸੋਚਿਆ ਸੀਗਾ ਆਪਾਂ ਨਾ ਟਰਾਲੀ ਬਣਾਉਂਦੇ ਹਾਂ ਜਿੱਦਾਂ ਇੱਦਾਂ ਸਿੰਪਲ ਟਾਇਰ ਹੋਣਗੇ ਅਤੇ ਇਹਦੇ ਉੱਤੇ ਇੱਦਾਂ ਫਿੱਟ ਕਰਦਾ ਇਹਨੂੰ ਆਪਾਂ ਸਿੱਧਾ ਹੀ ਵੀ ਟਰਾਲੀ ਇੰਨੀ ਉੱਚੀ ਰਹੂਗੀ ਬਟ ਇੱਦਾਂ ਦੇਖਣ 'ਚ ਨਾ ਥੋੜ੍ਹੀ ਜਿਹੀ ਭੈੜੀ ਲੱਗੂਗੀ ਟਰੈਕਟਰ ਪਿੱਛੇ ਵੀ ਅਤੇ ਆਪਾਂ ਫਿਰ ਮਾਰਕਿੰਗ ਕਰ ਲਈ ਹੈ ਅਤੇ ਇੱਥੋਂ ਕਟਿੰਗ ਕਰਦੇ ਹਾਂ ਹੁਣ ਠੀਕ ਆ ਆ ਦੋਵੇਂ ਪਾਸਿਓਂ ਇੰਨੇ ਇੰਨੇ ਪੀਸ ਲਾ ਦਿੰਦੇ ਹਾਂ ਫਿਰ ਆਈ ਥਿੰਕ ਵੀ ਹਾਈਟ ਠੀਕ ਠਾਕ ਜੀ ਹੋ ਜੂਗੀ ਜੇ ਹੋਰ ਕੱਟਣਾ ਪੈ ਗਿਆ ਹੋਰ ਕੱਟ ਲਾਂਗੇ ਬਟ ਆਪਾਂ ਟਾਇਰ ਆਪਣੀ ਬਾਡੀ ਦੇ ਵਿੱਚ ਵਾੜਾਂਗੇ ਇੱਥੋਂ ਜਿਵੇਂ ਓਰੀਜਨਲ ਟਰਾਲੀ ਦੇ ਵਿੱਚ ਹੁੰਦਾ ਚਲੋ ਮੈਂ ਆਹ ਕਟਿੰਗ ਕਰਦਾ ਠੀਕ ਆ ਬਾਕੀ ਇੱਥੇ ਥੱਲੇ ਜਿਹੜਾ ਟਾਇਰਾਂ ਨੂੰ ਜੋੜਨ ਲਈ ਇੱਥੇ ਜਿਹੜਾ ਬੇਸ ਲੱਗਣਾ ਥੋੜ੍ਹਾ ਜਿਹਾ ਉਹਦੀ ਕਟਿੰਗ ਕਰ ਲੈਣਾ ਅਤੇ ਫਿਰ ਆਪਾਂ ਦੋਵਾਂ ਚੀਜ਼ਾਂ ਨੂੰ ਅਸੈਂਬਲ ਕਰਦੇ ਹਾਂ ਲਓ ਵੀ ਆਹ ਚੈੱਕ ਕਰੋ ਪਤਾ ਖੋਰੂ ਮਸਾ ਕਟਿੰਗ ਹੋਈ ਹੈ ਜੇ ਇੰਨੀ ਕੁ ਅਤੇ ਹਜੇ ਇਹਦੇ ਪੀਸ ਕੱਟਣੇ ਆ ਚਲੋ ਇਹਦੇ ਤਾਂ ਸੌਖੇ ਕੱਟੇ ਜਾਣਗੇ ਇਹ ਥੋੜ੍ਹੇ ਜਿਹੇ ਔਖੇ ਕੱਟੇ ਗਏ ਨੇ ਇਹ ਵੀ ਹੁਣ ਛੇਤੀ ਛੇਤੀ ਕਟਿੰਗ ਕਰਦੇ ਹਾਂ ਅਤੇ ਫਿਰ ਉਹਨੂੰ ਅਸੈਂਬਲ ਕਰਦੇ ਹਾਂ ਟਾਈਮ ਵਾਹਵਾ ਹੋ ਗਿਆ 8 ਵੱਜ ਚੱਲੇ ਆ ਠੀਕ ਆ ਇੱਧਰ ਜੱਟ ਪ੍ਰਭ ਜੋਤ ਦਾ ਵਲੋਗ ਚੱਲਣ ਦਿਆ ਹੁਣ ਭਾਜੀ ਵਾਲੇ ਵਲੋਗ ਦੇਖ ਲਏ ਸਾਰੇ ਅਤੇ ਚਲੋ ਮਾਰੀਏ ਮੱਥਾ ਥੋੜ੍ਹਾ ਜਿਹਾ ਹੋਰ ਅਤੇ ਛੇਤੀ ਛੇਤੀ ਕੰਮ ਨਿਬੇੜੀਏ ਆਪਾਂ ਲਓ ਵੀ ਪੀਸ ਵਗੈਰਾ ਕੱਟ ਹੋ ਗਏ ਸੀਗੇ ਇਹਦੇ ਥੱਲੇ ਲਾਤੇ ਆ ਮੈਂ ਅਤੇ ਹੁਣ ਆਪਾਂ ਨਟ ਕੱਢ ਲਏ ਆ ਠੀਕ ਆ ਬਾਜੀ ਨੂੰ ਵਿੱਚ ਡਰਿੱਲ ਕਰ ਦਿੰਦੇ ਹਾਂ ਉਦੋਂ ਬਾਅਦ ਇਹਨੂੰ ਪੁੱਠਾ ਕਰਕੇ ਅਤੇ ਆਪਣੇ ਟਾਇਰ ਅਸੈਂਬਲ ਕਰਾਂਗੇ ਠੀਕ ਆ ਫਿਰ ਦੱਸੂੰਗਾ ਵੀ ਇਹਦਾ ਕੀ ਯੋਗਦਾਨ ਹੈ ਆਪਣੀ ਟਰਾਲੀ ਬਣਾਉਣ 'ਚ ਤੁਹਾਨੂੰ ਅੱਗੇ ਪਤਾ ਲੱਗ ਜੂਗਾ ਬਸ ਮੈਂ ਆਹ ਡਰਿੱਲ ਕਰ ਲਾਂ ਡਰਿੱਲ ਕਹਿੰਦਾ ਵੀ ਆਹ ਨਟ ਕੱਸਦਾ ਆ ਦੋ ਸਟ੍ਰਿੱਪਾਂ ਕੱਟ ਲਈਆਂ ਆਪਾਂ ਬਹੁਤ ਅੱਧਾ ਕੁੰਡਾ ਕਰ ਬਾਕੀ ਇਹ ਆਪਣੇ ਕੰਮ ਆਊਗੀ ਹੁਣ ਇਹਨੂੰ ਆਪਾਂ ਇੱਥੇ ਸੇਵ ਕਰ ਦਈਏ ਕਿਉਂਕਿ ਪਲਾਸਟਿਕ ਦੀ ਲੋੜ ਪੈਂਦੀ ਰਹਿਣੀ ਹੈ ਇਹ ਆਪਣੇ ਕੰਮ ਆਊਗਾ ਇਹਨੂੰ ਥੋੜ੍ਹਾ ਜਿਹਾ ਕਰਾਂਗੇ ਫੋਲਡ ਐਕਸਲ ਦੇ ਹਿਸਾਬ ਨਾਲ ਜਾਂ ਫੋਲਡ ਕਰਨ ਦੀ ਵੀ ਮੇਬੀ ਨਹੀਂ ਲੋੜ ਪਊਗੀ ਇੱਦਾਂ ਹੀ ਬਸ ਐਕਸਲ ਵਿੱਚ ਰੱਖ ਕੇ ਅਤੇ ਇਹਨੂੰ ਉੱਤੇ ਰੱਖ ਕੇ ਦੋਵੇਂ ਪਾਸੇ ਆਪਾਂ ਕੱਸ ਦਾਂਗੇ ਨਟ ਟਰਾਲੀ ਹੋ ਜੂਗੀ ਤਿਆਰ ਹਾਫ ਬੇਸ ਤਿਆਰ ਹੋ ਜੂਗਾ ਚਲੋ ਕਰਦੇ ਹਾਂ ਛੇਤੀ ਛੇਤੀ ਦੋ ਨਟ ਹੋਰ ਕੱਢਦਾ ਮੈਂ ਛੋਟੇ ਥੋੜ੍ਹੇ ਜਿਹੇ ਛੋਟੇ ਸਾਈਜ਼ ਦੇ ਅਤੇ ਆਪਾਂ ਕਰਕੇ ਦੇਖਦੇ ਹਾਂ ਜਗਾੜ ਜੇ ਸਕਸੈਸਫੁੱਲ ਹੋ ਗਿਆ ਤਾਂ ਲਓ ਵੀ ਟਾਇਰ ਹੋ ਗਏ ਫਿੱਟ ਜਗਾੜ ਲਾ ਕੇ ਇਹ ਜਗਾੜ ਇੰਨਾ ਕਾਮਯਾਬ ਨਹੀਂ ਗਾ ਬਟ ਮੌਕੇ 'ਤੇ ਟੈਂਪਰੇਰੀ ਕੰਮ ਕਰਤਾ ਆਪਾਂ ਅਤੇ ਸਵੇਰੇ ਨਾ ਫਾਈਵ ਕਿੱਕ ਲਿਆ ਕੇ ਆਹ ਨਟ ਖੋਲ੍ਹਾਂਗੇ ਪਹਿਲਾਂ ਨਾ ਫਾਈਵ ਕਿੱਕ ਨਾਲ ਇਹਨੂੰ ਲਾਵਾਂਗੇ ਉੱਤੇ ਫਿਰ ਨਟ ਕੱਸਾਂਗੇ ਹੁਣ ਇਹਨਾਂ ਨੂੰ ਖਿਲਾਰਨ ਦਾ ਕੋਈ ਹੈ ਹੀ ਨਹੀਂ ਸੀਗਾ ਤਰੀਕਾ ਅਤੇ ਸਿੱਧਾ ਨਟ ਹੀ ਕੱਸਣੇ ਪਏ ਚਲੋ ਕੋਈ ਨਹੀਂ ਇਹ ਤਾਂ ਸਵੇਰੇ ਚੇਂਜ ਕਰ ਲਾਂਗੇ ਐਡਾ ਕੋਈ ਚੱਕਰ ਨਹੀਂ ਗਾ ਇਹ ਤਾਂ ਬਾਕੀ ਓਕੇ ਦੀ ਰਿਪੋਰਟ ਹੈ ਅਤੇ ਹੁਣ ਇਹਦੀ ਹੁੱਕ ਬਣਾਉਣ ਦੀ ਤਿਆਰੀ ਕਰਦੇ ਹਾਂ ਠੀਕ ਹੈ ਹੁੱਕ ਬਣਾਉਣੀ ਪੈਣੀ ਹੈ ਅਤੇ ਉਦੋਂ ਬਾਅਦ ਵਿੱਢ ਵਗੈਰਾ ਨੇ ਉਹ ਤਾਂ ਆਪਾਂ ਚਲੋ ਭਾਵੇਂ ਕਹੀਏ ਤਾਂ ਗੱਤੇ ਨਾਲ ਵੀ ਬਣਾ ਸਕਦੇ ਹਾਂ ਐਸੇ ਚੀਜ਼ ਨਾਲ ਵੀ ਬਣਾ ਸਕਦੇ ਹਾਂ ਵੈਸੇ ਤਾਂ ਅਤੇ ਗੱਤੇ ਨਾਲ ਵੀ ਬਣਾ ਸਕਦੇ ਹਾਂ ਇੱਕੋ ਹੀ ਗੱਲ ਹੈ ਜਿਵੇਂ ਮਰਜ਼ੀ ਕਰ ਲਾਂਗੇ ਉਹ ਤਾਂ ਚਲੋ ਗਾਂਹ ਦੀਆਂ ਗੱਲਾਂ ਨੇ ਫਿਲਹਾਲ ਮੌਕੇ 'ਤੇ ਬੇਸ ਤਿਆਰ ਹੋ ਜੇ ਉਹਦੇ ਉੱਤੇ ਕੰਮ ਤਾਂ ਆਪਾਂ ਹੌਲੀ ਹੌਲੀ ਕਰਦੇ ਰਹਾਂਗੇ ਚਲੋ ਹੁਣ ਇਹਦੀ ਹੁੱਕ ਲਈ ਆਪਾਂ ਕੋਈ ਜਗਾੜ ਲੱਭਦੇ ਹਾਂ ਠੀਕ ਆ ਵੀ ਹੁੱਕ ਕਿੱਦਾਂ ਬਣਾਉਣੀ ਹੈ ਜਾਂ ਦੇਖਦੇ ਉਹਦੀ ਵੀ ਕਟਿੰਗ ਕਰਦੇ ਹਾਂ ਜਾਂ ਲਾਉਂਦੇ ਹਾਂ ਜਗਾੜ ਕੋਈ ਨਾ ਕੋਈ ਤਾਂ ਕਰਾਂਗੇ ਐਂ ਤਾਂ ਛੱਡ ਦੇਣੀ ਲਓ ਵੀ ਇੱਧਰ ਚੈੱਕ ਕਰੋ ਅੱਜ ਤਾਂ ਖੋਰੂ ਪਾਇਆ ਪਿਆ ਕਦੇ ਸਾਰੇ ਝਾੜੂ ਮਾਰਨਾ ਪੈਣਾ ਚਲੋ ਕੋਈ ਨਹੀਂ ਆ ਟੁੱਟੀ ਭੱਜੀ ਜੀ ਹੁੱਕ ਤਿਆਰ ਕੀਤੀ ਹੈ ਮੈਂ ਠੀਕ ਹੈ ਇਹਦੇ ਨਾਲ ਦੀ ਮੇਰੇ ਖਿਆਲ ਨਾਲ ਇੱਕ ਹੋਰ ਤਿਆਰ ਕਰਨੀ ਪਊਗੀ ਅਤੇ ਫਿਰ ਜਾ ਕੇ ਲੱਗੂ ਇਹਦੇ 'ਚ ਬਾਕੀ ਕੋਈ ਨਹੀਂ ਜਗਾੜ 'ਤੇ ਲਾ ਹੀ ਲਾਂਗੇ ਕਰਦੇ ਕੁਛ ਨਾ ਕੁਛ ਇੱਕ ਹੀ ਨਟ ਕੱਸ ਦਿੰਦੇ ਹਾਂ ਸਹੀ ਹੈ ਇੰਨਾ ਮੱਥਾ ਕਿੱਥੇ ਮਾਰਾਂਗੇ ਹੈ ਨਾ ਇੱਕ ਨਟ ਤੋਂ ਮੇਰਾ ਮਤਲਬ ਵੀ ਇੱਕ ਫੱਟੀ 'ਤੇ ਨਟ ਕੱਸ ਦਿੰਦੇ ਹਾਂ ਵੀ ਦੋ ਫੱਟੀਆਂ ਬਣਾਉਣ ਦੀ ਲੋੜ ਨਹੀਂ ਮੈਨੂੰ ਪਹਿਲਾਂ ਇਹ ਸੀਗਾ ਵੀ ਦੋ ਬਣਾ ਕੇ ਨਾ ਇਹਦੇ ਨਾਲ ਦੀਆਂ ਫਿਰ ਲਾਵਾਂਗੇ ਵੀ ਥੋੜ੍ਹੀਆਂ ਸਟਰੋਂਗ ਹੋਣਗੀਆਂ ਠੀਕ ਹੈ ਜੇ ਟੁੱਟ ਗਈ ਤਾਂ ਦੁਬਾਰਾ ਬਣਾ ਲਾਂਗੇ ਕੋਈ ਚੱਕਰ ਨਹੀਂ ਬਟ ਹੁਣ ਮੌਕੇ 'ਤੇ ਹਿੰਮਤ ਹੈ ਨਹੀਂ ਹੋਰ ਬਣਾਉਣ ਦੀ ਤਾਂ ਕਰਕੇ ਇਹਨੂੰ ਇੱਦਾਂ ਹੀ ਅਟੈਚ ਕਰ ਦਿੱਤਾ ਜਾਊਗਾ ਚਲੋ ਇੱਥੇ ਮੈਂ ਕੱਸਦਾ ਨਟ ਇਹਨੂੰ ਅਟੈਚ ਕਰਦਾ ਹੁੱਕ ਨੂੰ ਅਤੇ ਉਦੋਂ ਬਾਅਦ ਇਹਦੇ ਅੱਗੇ ਬਣਾਉਂਦੇ ਹਾਂ ਹੁੱਕ ਟਾਈਪ ਵੀ ਬਣਾਉਣੀ ਪਊਗੀ ਜਾਂ ਦੇਖਦਾ ਇੱਦਾਂ ਨਾ ਪਿੰਨ ਟਾਈਪ ਬਣਾਉਦਾ ਵਾਂ ਵੀ ਇਹ ਟਰਾਲੀ 'ਚ ਹੀ ਪਿੰਨ ਹੋਊਗੀ ਟਰੈਕਟਰ 'ਚ ਬੈਕ ਸਾਈਡ ਕੋਈ ਮੋਰੀ ਵਗੈਰਾ ਬਣਾ ਦਾਂਗੇ ਆਪਾਂ ਜਿਹਦੇ 'ਚੋਂ ਪਿੰਨ ਲੱਗ ਜੂ ਕਰੂਗੀ ਟਰਾਲੀ ਯੂਜ਼ ਹੋ ਜੂ ਕਰੂਗੀ ਇੱਦਾਂ ਚਲੋ ਦੇਖਦੇ ਹਾਂ ਕਰਦੇ ਹਾਂ ਜਗਾੜ ਕੋਈ ਨਾ ਕੋਈ
तारा कटदा मैं तो फिर बनाने की हुक पहले इन मैं अटैच कर ला। इतने लो भी ट्राली अपनी तो हुक भी लग गई है, कंप्लीट नहीं लगी हजे, इनके अगे आप जुगाड़ बनावे, बट इन्ना भी हाँ चलो लग गई जिमें भी लग गई है, मौके तो शेप च आ गई है भी हाँ ट्राली का बेस आ गया शेप च, भी हाँ बेस बन चुके उत्ते ते आपां काम जो मर्जी कर सकते हैं, जो मर्जी की सवेरे ही करांगे। तो मौके पर इन्हें तो काम एक करिए इत्थे स्टॉप करते हैं ट्राली दे, ते अपने ट्रैक्टर नूं ला के थले ते उन्हूं असैम्बल करते हैं। ठीक है, टाइम मौके पर हो गया, ए फोकस 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 9:06। ठीक है, तो आप 11 बजे सोना भी है, फिर उस हिसाब न जो देख के चलिए अपना पहला ट्रैक्टर असैम्बल कर लीए, नहीं तो फिर आप लेट हो जाना, जो टाइम बचा तो ट्राली से काम कर लाँगे। ठीक है, इनकी आप अगे वाली जी हुक है वह प्रोपर तैयार कर लाँगे, नहीं तो फिर ट्रैक्टर असैम्बल करके बाकी का काम सवेरे। चलो हूँ लाना मैं हूँ असैम्बल करना शुरू कर दिया, उन्हें एक दो पार्ट से ना वो इधर उधर हो गए ने, कल सफाई करते हैं तो वो मैंने लभने पैने दोबारे उन्होंने असैम्बल करने ली। लो भी ट्रैक्टर अपना भी हो गया असैम्बल, चढ़ दी है तो चढ़ता नहीं, फुल पलटी जाऊंगा, चढ़ता तो नहीं। स्लिप कट लग जाता, घुमा के खिलाड़िए लो भी आप ही थले आ जाता, सियाना है ट्रैक्टर। इहदा कैबिन ना आपां ला के रखती इदा ही ठीक है, इदा सोहना लगता है, कोई नहीं वधिया वधिया। तो ट्राली से जिन्ना काम करना सीगा आपां कर लिया अज्ज, तो सैटअप जो अपना मौके पर पैकअप है। ठीक है, इदों ज़्यादा होर काम नहीं करते हुण, हुण एडिटिंग करांगे, व्लॉग अपलोड करांगे, घरे गल करांगे ते बस सोवांगे, फिर सवेरे टाइम ना उठ के आपां काम ते जाण दी वी तैयारी करनी है। तो करके आप व्लॉग में इतें ही एंड करते हैं, व्लॉग वेखने लिए बहुत बहुत धन्यवाद जी सारिया का, जो व्लॉग चंगा लगा हो तो लाइक शेयर कमेंट जरूर करो, जो चैनल पर नवे हो तो कर लियो सबसक्राइब, मिलते हैं फिर आप नैक्सट व्लॉग के, टेक केयर, बाय बाय।